ਬੇਹੱਦ ਭਿਆਨਕ ਖਬਰ ਸਾਹਮਣੇ ਆ ਰਹੀ ਹੈ। ਕੰਬਾਈਨ ਚਲਾਉਂਦਾ ਚਲਾਉਂਦਾ ਕਿਸਾਨ ਰੱਬ ਨੂੰ ਪਿਆਰਾ ਹੋ ਗਿਆ। ਹਾਲੇ ਅੱਧੀ ਵੱਡੀ ਸੀ ਕਣਕ ਕਿ ਕਰੰਟ ਲੱਗ ਗਿਆ ਉਸਨੂੰ। ਦੱਸ ਦਈਏ ਕਿ ਕੰਬਾਈਨ 'ਤੇ ਚੜਿਆ ਹੋਇਆ ਕਿਸਾਨ ਜੋ ਕਿ ਰਾਹ 'ਚੋਂ ਲੰਘਦਾ ਏ, ਇੱਕ ਗੱਡੀ ਨੂੰ ਰਾਹ ਦੇਣ ਵੇਲੇ ਜਦ ਉਹ ਕੰਬਾਈਨ ਨੂੰ ਸਾਈਡ ਕਰਦਾ ਏ ਤਾਂ ਉਸਦੀ ਕੰਬਾਈਨ ਦੇ ਨਾਲ ਜਿਹੜੀਆਂ ਤਾਰਾਂ ਨੇ ਬਿਜਲੀ ਦੀਆਂ ਉਹ ਖਹਿ ਜਾਂਦੀਆਂ ਨੇ, ਜਿਸ ਕਰਕੇ ਕਿਸਾਨ ਨੂੰ ਕਰੰਟ ਲੱਗ ਜਾਂਦਾ ਏ। 45 ਸਾਲਾਂ ਦਾ ਕਿਸਾਨ, ਹਾਲੇ ਮੋਢੇ 'ਤੇ 3-3 ਕੁੜੀਆਂ ਦੇ ਵਿਆਹ ਦਾ ਭਾਰ ਸੀ, ਬੋਝ ਸੀ, ਉਸ ਤੋਂ ਪਹਿਲਾਂ ਹੀ ਇਸਦੀ ਮੌਤ ਹੋ ਗਈ। ਹੁਣ ਉਹ ਤੋਂ 3 ਕੁੜੀਆਂ ਕੀ ਕਰਨਗੀਆਂ, ਹਾਲੇ ਕਿਸਾਨ ਨੇ ਉਹਨਾਂ 3 ਦਾ ਵਿਆਹ ਕਰਨਾ ਸੀ ਤਾਂ ਦਰਦਨਾਕ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ। ਇੱਕੋ ਝਟਕੇ ਦੇ ਨਾਲ ਪ੍ਰਾਣ ਨਿਕਲ ਗਏ। ਕਾਲਾ ਸਿੰਘ ਦੱਸਿਆ ਜਾ ਰਿਹਾ ਏ, ਇਸ ਕੰਬਾਈਨ ਚਲਾਉਣ ਵਾਲੇ ਕਿਸਾਨ ਦਾ ਨਾਮ। 45 ਸਾਲਾਂ ਇਸਦੀ ਉਮਰ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦਾ ਪਿੰਡ ਚੈਨਪੁਰ, ਜਿੱਥੇ ਕਿਸਾਨ ਆਗੂ ਸਾਹਿਬ ਸਿੰਘ ਦੀ ਕਣਕ ਵੱਢਣ ਜਾ ਰਿਹਾ ਸੀ, ਇਹ ਕਿਸਾਨ ਕੰਬਾਈਨ ਚਲਾ ਰਿਹਾ ਸੀ, ਫੋਰਮੈਨ ਹੈ ਕੰਬਾਈਨ ਦਾ, ਤਾਂ ਕੰਬਾਈਨ ਚਲਾਉਂਦੇ ਚਲਾਉਂਦੇ ਜਦ ਇੱਕ ਗੱਡੀ ਨੂੰ ਰਾਹ ਦੇਣ ਲੱਗਾ ਤਾਂ ਉੱਤੋਂ ਲੰਘ ਰਹੀਆਂ ਨੰਗੀਆਂ ਤਾਰਾਂ ਇਸਦੀ ਕੰਬਾਈਨ ਦੇ ਨਾਲ ਖਹਿ ਗਈਆਂ ਅਤੇ ਜਿਸ ਕਰਕੇ ਇਸਦੀ ਮੌਤ ਹੋ ਗਈ ਹੈ। ਤਾਂ ਬੇਹੱਦ ਵੱਡਾ ਹਾਦਸਾ ਹੋਇਆ ਏ। ਤਾਂ ਦੱਸ ਦਈਏ ਕਿ ਕੰਬਾਈਨ ਜਦ ਤਾਰਾਂ ਦੇ ਨਾਲ ਟਕਰਾਉਂਦੀ ਹੈ ਸ਼ਖਸ ਨੂੰ ਕਰੰਟ ਲੱਗਦਾ ਏ ਕਾਲੇ ਸਿੰਘ ਨੂੰ, ਜਿਸ ਤੋਂ ਬਾਅਦ ਕੋਈ ਵੀ ਉਸਦੇ ਲਾਗੇ ਨਹੀਂ ਜਾਂਦਾ। ਤਾਂ ਜਿਹੜੀ ਕੰਬਾਈਨ ਨੂੰ ਧਿਆਨ ਨਾਲ ਦੇਖੋ, ਉਸਦੇ ਟਾਇਰਾਂ 'ਚੋਂ ਹਵਾ ਨਿਕਲੀ ਹੋਈ ਹੈ। ਤਾਂ ਕਿਸਾਨਾਂ ਨੇ ਦਿਮਾਗ ਲਾ ਕੇ ਟਾਇਰ ਪੈਂਚਰ ਕੀਤੇ, ਹਵਾ ਨਿਕਲੀ, ਕੰਬਾਈਨ ਆਪਣੇ ਆਪ ਤਾਰਾਂ 'ਤੇ ਜਿਹੜੀ ਖਈ ਹੋਈ ਸੀ ਉਹ ਹੇਠਾਂ ਨੂੰ ਆਈ, ਥੱਲੇ ਉਤਰੀ, ਜਿਸ ਕਰਕੇ ਤਾਰਾਂ ਦਾ ਕਨੈਕਸ਼ਨ ਜਿਹੜਾ ਸੀ ਕੰਬਾਈਨ ਤੋਂ ਟੁੱਟ ਗਿਆ ਅਤੇ ਕਰੰਟ ਆਉਣਾ ਬੰਦ ਹੋ ਗਿਆ। ਅਤੇ ਬਾਅਦ ਦੇ ਵਿੱਚ 45 ਸਾਲਾਂ ਕਾਲਾ ਸਿੰਘ ਨੂੰ ਕੰਬਾਈਨ ਤੋਂ ਉਤਾਰਿਆ ਗਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਤਾਂ ਕਿਸਾਨ ਆਗੂਆਂ ਦੇ ਵਿੱਚ, ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ, ਕਿਉਂਕਿ ਕਦੇ ਮੀਂਹ ਦੀ ਮਾਰ ਅਤੇ ਕਦੇ ਅੱਗ ਦੀ ਮਾਰ, ਅਤੇ ਹੁਣ ਆ ਤੀਸਰਾ ਮਾਮਲਾ ਅਲੱਗ ਹੀ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਰਕੇ ਕਿਸਾਨ ਦੀ ਮੌਤ ਹੋ ਗਈ ਹੈ। ਹਾਂ ਦੱਸੋ ਜੀ। ਮੇਰਾ ਨਾਮ ਅਵਤਾਰ ਬਾਵਾ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਰਾਮਤੀਰ ਦਾ ਆਗੂ ਅਵਤਾਰ ਬਾਵਾ। ਹਾਂ ਜੀ, ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ? ਮਸਲਾ ਇਹ ਜੀ, ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ, ਇਹਦੇ ਵਿੱਚ ਬਹੁਤ ਹੀ ਨੀਵੀਆਂ ਜਿਹੜੀਆਂ ਵੱਡੀ ਲਾਈਨ ਜਿਹੜੀ ਆ, ਬਹੁਤ ਹੀ ਨੀਵੀਆਂ ਤਾਰਾਂ ਸੀ, ਜਿਹਦੇ ਵਿੱਚ ਅਸੀਂ ਬਿਜਲੀ ਮਹਿਕਮੇ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ, 3-4-24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ, ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ, ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਆ। ਅਤੇ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਾਣਾ ਕਿ ਅਸੀਂ ਠੀਕ ਆ, ਮੌਕਾ ਆਣ ਕੇ ਦੇਖਾਂਗੇ। ਅੱਜ 24 ਦਿਨ ਹੋ ਚੁੱਕੇ ਆ, ਯਾਨੀ ਕਿ ਕੋਈ ਵੀ ਨਾ ਤਾਂ ਜਾਈ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ, ਨਾ ਉਹ ਪਹੁੰਚਿਆ ਅਤੇ ਨਾ SDO ਸਾਹਿਬ ਇੱਥੇ ਮੌਕਾ ਆਣ ਕੇ ਵੇਖ ਕੇ ਗਏ ਆ। ਅੱਜ ਕਣਕ ਵੱਢਣ ਵਾਸਤੇ ਕੰਬਾਈਨ ਜਿਹੜੀ ਆ ਇੱਥੇ ਪਹੁੰਚੀ ਸੀ, ਅਤੇ ਉਹ ਇੱਥੋਂ ਮੋੜ ਲੱਗੀ, ਜਦੋਂ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟ ਲੱਗ ਗਿਆ, ਅਤੇ ਮੌਕੇ 'ਤੇ ਜਿਹੜਾ ਫੋਰਮੈਨ ਸੀ ਮੌਕੇ 'ਤੇ ਹੀ ਖਤਮ ਹੋ ਚੁੱਕਿਆ ਸੀ। ਕਿੱਥੋਂ ਸੀ ਇਹ ਜਿਹੜਾ ਫੋਰਮੈਨ ਸੀ? ਇਹ ਸੰਗਰੂਰ ਤੋਂ ਜੀ, ਜ਼ਿਲ੍ਹਾ ਸੰਗਰੂਰ ਹੀ। ਅਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਇਹ ਕਰਦੇ ਹਾਂ ਕਿ ਪਹਿਲੀ ਗੱਲ ਹੈ ਵੀ ਜਿਹੜੀਆਂ ਇਹਨਾਂ ਦੀਆਂ ਦੂਜਾ ਨਾ ਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋਲ, ਜਿਹੜੀਆਂ ਉੱਦਾਂ ਦੀਆਂ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ, ਇਹਨਾਂ ਨੇ ਬੜੀ ਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ। ਅਤੇ ਇਹਦੇ ਵਿੱਚ ਜਿਹੜਾ ਮੌਕੇ 'ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਈ ਆ, ਉਹਦੇ 'ਤੇ ਬਣਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ, 302 ਦੀ ਧਾਰਾ ਲੱਗਣੀ ਚਾਹੀਦੀ ਆ।
ਕਿਉਂਕਿ ਦੂਜਾ ਨਕਲੇ ਦੇ ਜਿਹੜਾ ਨੁਕਸਾਨ ਹੋਇਆ ਮੌਕੇ 'ਤੇ ਫੋਰਮੈਨ ਜਿਹੜਾ ਮਰ ਗਿਆ, ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ, ਅਤੇ ਇਸ ਕਰਕੇ ਦੂਜਿਆਂ ਨੂੰ ਵੱਧ ਤੋਂ ਵੱਧ ਜਿਹੜੀ ਇਹਨਾਂ 'ਤੇ ਜੋ ਵੀ ਧਾਰਾ ਲਾ ਕੇ ਜੋ ਵੀ ਸਜ਼ਾ ਉਹ ਇਹਨੂੰ ਸਜ਼ਾ ਹੋਈ। ਘਟਨਾ ਸਥਾਨ 'ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? 2 ਘੰਟੇ ਹੋ ਚੱਲੇ ਜੀ, ਹਾਲੇ ਤੱਕ ਤਾਂ ਕੋਈ ਨਹੀਂ ਪਹੁੰਚਿਆ। ਅਸੀਂ ਫੋਨ ਵੀ ਕੀਤੇ ਆ, SDO ਸਾਹਿਬ ਨੂੰ ਵੀ ਫੋਨ ਕੀਤਾ, ਅਤੇ ਇਹਨਾਂ ਨੂੰ ਜੇਈ ਸਾਹਿਬ ਨੂੰ, ਜੇਈ ਸਾਹਿਬ ਨੇ ਤਾਂ ਸਾਡਾ ਫੋਨ ਹੀ ਨਹੀਂ ਪਿਕਅਪ ਕੀਤਾ, ਨਾ ਉਹਨਾਂ ਚੁੱਕੇ ਨਹੀਂ ਸਾਨੂੰ, ਦੂਜਾ ਨਾਲ ਕੇ ਗਾੜੀ ਕੱਟੀ ਜਾਂਦੇ, ਫੋਨ ਕੱਟੀ ਜਾਂਦੇ ਸਰ। ਅਤੇ SDO ਸਾਹਿਬ ਨੇ ਕੀ ਜਵਾਬ? SDO ਸਾਹਿਬ ਨੇ ਕਿਹਾ ਸੀ ਵੀ ਮੈਂ ਜੇਈ ਜਿਹੜਾ ਅੰਮ੍ਰਿਤਸਰ ਆ, ਅਤੇ ਮੈਂ ਘੰਟੇ ਅੱਧੇ ਘੰਟੇ ਤੱਕ ਆਉਂਦਾ ਹੈ, ਅਤੇ ਆਹ 2 ਘੰਟੇ ਹੋ ਗਏ, ਹੁਣ ਫਿਰ 3 ਕੌਲਾਂ ਕਰ ਦਿੱਤੀਆਂ, ਹਲੇ ਉਹਨਾਂ ਉਹਨਾਂ ਉੱਥੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ, ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ।